ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਗੁਰਮੀਤ ਨਿੱਜਰ। ਜੀ ਹਾਂ, ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸ਼ਹਿਰ ਲੁਧਿਆਣਾ ਦੀ। ਮਹਾਂਨਗਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਵਿੱਚ ਰੋਜ਼ਾਨਾ ਵਾਪਰੀਆਂ ਘਟਨਾਵਾਂ ਅਤੇ ਗਤੀਵਿਧੀਆਂ ਨੂੰ ਤੁਹਾਡੇ ਰੂਬਰੂ ਕਰਦਾ ਹੈ ਤੁਹਾਡਾ ਆਪਣਾ ਇੰਟਰਨੈਟ ਚੈਨਲ ਫੌਕਸ ਪੰਜਾਬੀ। ਸੋ ਪਾਉਂਦੇ ਹਾਂ ਇੱਕ ਨਜ਼ਰ ਸ਼ਹਿਰ ਲੁਧਿਆਣਾ ਦੀਆਂ ਵਾਪਰੀਆਂ ਘਟਨਾਵਾਂ ਅਤੇ ਗਤੀਵਿਧੀਆਂ 'ਤੇ। ਫੋਕਸ ਪੰਜਾਬੀ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਇਸ ਹਫ਼ਤੇ ਦੋ ਫਿਲਮਾਂ ਲੱਗਣ ਜਾ ਰਹੀਆਂ ਜੀ, ਜਮਲਾ ਪਗਲਾ ਦੀਵਾਨਾ ਐਂਡ ਮਰ ਗਏ ਹੋਏ ਲੋਕੋ। ਅਗਰ ਗੱਲ ਕੀਤੀ ਜਾਵੇ ਜਮਲਾ ਪਗਲਾ ਦੀਵਾਨਾ ਦੀ, ਤਾਂ ਜਮਲਾ ਪਗਲਾ ਦੀਵਾਨਾ ਜਿਹੜਾ ਹੈ ਇੱਕ ਵਾਰ ਜਮਲਾ ਪਗਲਾ ਦੀਵਾਨਾ ਤਿੰਨਾਂ ਦੀ ਜੋੜੀ, ਜੀ ਹਾਂ, ਧਰਮਿੰਦਰ ਦੀ, ਸੰਨੀ ਦੀ ਅਤੇ ਬੋਬੀ ਦਿਓਰ ਦੀ ਜੋੜੀ ਇੱਕ ਵਾਰ ਫਿਰ ਜਿਹੜੀ ਆ ਰਹੀ ਹੈ ਵੱਡੇ ਪਰਦੇ ਦੇ ਉੱਤੇ। ਦੂਸਰੇ ਪਾਸੇ ਪੰਜਾਬੀ ਫਿਲਮ ਉਸਦਾ ਮੁਕਾਬਲਾ ਕਰਨ, ਜੀ ਹਾਂ, ਮਰ ਗਏ ਹੋਏ ਲੋਕੋ ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ। ਆਓ ਵੇਖਦੇ ਹਾਂ ਕਿ ਲੋਕਾਂ ਨੂੰ ਇਹ ਮੂਵੀ ਕਿੱਦਾਂ ਦੀ ਲੱਗੀ। ਸੋ ਚੱਲਦੇ ਹਾਂ ਜੀ ਸੋਲੀਟੇਅਰ ਦੇ ਵਿੱਚ। ਜ਼ਿਆਦਾ ਕਮੇਡੀ ਆ, ਮੇਰੇ ਵੱਲੋਂ ਸਾਰਿਆਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ। ਮੈਂ ਬਹੁਤ ਮਤਲਬ ਪੂਰੇ ਪੈਸੇ ਵਸੂਲ ਆ ਫਿਲਮ ਦੇਖ ਕੇ, ਤੁਹਾਨੂੰ ਬਹੁਤ ਜ਼ਿਆਦਾ ਹਾਸਾ ਆਊਗਾ। ਐਂਡ ਗਿੱਪੀ ਇਜ਼ ਮਾਈ ਫੇਵਰੇਟ ਹੀਰੋ। ਐਂਡ ਪਲੀਜ਼ ਸਾਰਿਆਂ ਨੂੰ ਮੈਂ ਕਹਿੰਦੀ ਹਾਂ ਕਿ ਸਾਰੇ ਜ਼ਰੂਰ ਫਿਲਮ ਦੇਖੋ। ਬਿੰਨੂ ਢਿੱਲੋਂ ਦੀ ਐਕਟਿੰਗ ਬਹੁਤ ਵਧੀਆ ਵਾ ਅਤੇ ਗਿੱਪੀ ਗਰੇਵਾਲ ਦੀ ਵੀ, ਤਾਂ ਸਾਰੇ ਫਿਲਮ ਜ਼ਰੂਰ ਦੇਖੋ। ਅੱਗੇ ਗੱਲ ਕੀਤੀ ਜਾਵੇ ਜਸਵਿੰਦਰ ਭੱਲਾ ਦੀ, ਤਾਂ ਜਸਵਿੰਦਰ ਭੱਲਾ ਦੀ ਐਕਟਿੰਗ ਕਿੱਦਾਂ ਲੱਗੀ? ਹੀ ਇਜ਼ ਆਲਵੇਜ਼ ਕੋਮੇਡੀ ਐਕਟਰ, ਹੀ ਇਜ਼ ਆਲਸੋ ਏ ਗੁੱਡ ਇਨ ਅ ਫਿਲਮ ਐਂਡ ਆਈ ਲਾਈਕ ਵੈਰੀ ਮੱਚ। ਜੇ ਗੁਰਪ੍ਰੀਤ ਘੁੱਗੀ ਅਤੇ ਬੀਆਨ ਸ਼ਰਮਾ ਦੀ ਗੱਲ ਕੀਤੀ ਜਾਵੇ, ਤਾਂ ਦੋਨਾਂ 'ਚੋਂ ਬਿਹਤਰੀਨ ਕੋ? ਇਹ ਤਾਂ ਕਰਨਾ ਮੁਸ਼ਕਿਲ ਆ, ਕਿਉਂਕਿ ਦੋਨੋਂ ਕੋਮੇਡੀ ਐਕਟਰ ਐਂਡ ਕਾਫੀ ਟਾਈਮ ਹੋ ਗਿਆ ਨਾ ਆਪਣੇ ਕਰੀਅਰ 'ਚ, ਤਾਂ ਮੈਨੂੰ ਤਾਂ ਦੋਨੋਂ ਹੀ ਪਸੰਦ ਆ। ਅਗਰ ਜਾਂਦੇ ਜਾਂਦੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ, ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ, ਕਨਸੈਪਟ ਦੀ ਗੱਲ ਕੀਤੀ ਜਾਵੇ, ਤਾਂ ਪੰਜਾਂ ਦੇ ਵਿੱਚੋਂ ਕਿੰਨੇ ਸਟਾਰ? 5:5। ਓਏ ਮਰ ਗਏ ਲੋਕੋ ਜੇ ਤਾਂ ਨਵਾਂ ਹੀ ਸਿਆਪਾ ਪਾਤਾ ਵਾ, ਹੈਂ, ਇਹਦੀ ਆਤਮਾ ਮੇਰੇ 'ਚ ਪਾਤੀ, ਮੇਰੀ ਆਤਮਾ ਇਹ 'ਚ ਪਾਤੀ ਆ, ਹੈਂ। ਮੈਂ ਸਕੂਲ ਜਾਣਾ ਸੀ, ਇਹਨੇ ਡਿਸਕੋ ਜਾਣਾ ਸੀਗਾ। ਸਮਝ ਨਹੀਂ ਆ ਰਹੀ ਸਕੂਲ ਕੌਣ ਜਾਵੇ ਤੇ ਡਿਸਕੋ ਕੌਣ ਜਾਵੇ, ਤੂੰ ਕਿੱਥੇ ਜਾਣਾ? ਮੈਂ ਤਾਂ ਸਕੂਲ ਜਾਣਾ ਸੀਗਾ। ਮੈਂ ਡਿਸਕੋ ਜਾਣਾ ਸੀਗਾ। ਮੈਂ ਸਕੂਲ ਜਾਣਾ ਸੀਗਾ। ਮੈਂ ਨਹੀਂ, ਮੈਂ ਤਾਂ ਡਿਸਕੋ ਜਾਣਾ ਹੈ। ਇਹ ਕੀ ਹੋ ਗਿਆ? ਉਹ ਤੁਹਾਡੇ 'ਚ ਕਿਸੇ ਦਾ ਸਰੀਰ ਵੇਲਾ ਕੀ ਕਰਨਾ ਤੂੰ? ਬਸ ਬਹੁਤ ਕੁਛ, ਮਰ ਗਈ ਸਪੀਡ, ਖਿੱਚੋ ਜੀ ਖਿੱਚੋ, ਇਹਦੀ ਲਗਾਮ 1500 ਤੇ ਕਰੋ, ਆਪਾਂ ਲੇਟ ਹੈ। ਜੀ ਹਾਂ ਦੋਸਤੋ, ਆਖਿਰਕਾਰ ਮਰ ਗਏ ਹੋਏ ਲੋਕੋ ਜਿਹੜੀ ਆ ਵੱਡੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਗਈ। ਅਗਰ ਗੱਲ ਕੀਤੀ ਜਾਵੇ ਮਰ ਗਏ ਹੋਏ ਲੋਕੋ ਦੀ, ਤਾਂ ਪੂਰਾ ਕਨਸੈਪਟ ਜ਼ਬਰਦਸਤ ਹੈ। ਅਗਰ ਗੱਲ ਕੀਤੀ ਜਾਵੇ ਪੂਰੀ ਸਟੋਰੀ ਦੀ, ਤਾਂ ਸਟੋਰੀ ਬਹੁਤ ਹੀ ਖੂਬਸੂਰਤ ਹੈ, ਟਾਈਮ ਦਾ ਪਤਾ ਨਹੀਂ ਲੱਗਦਾ ਇਸ ਫਿਲਮ ਦੇ ਵਿੱਚ। ਅਗਰ ਗੱਲ ਕੀਤੀ ਜਾਵੇ ਗਿੱਪੀ ਗਰੇਵਾਲ ਦੀ, ਤਾਂ ਗਿੱਪੀ ਗਰੇਵਾਲ ਦੀ ਐਕਟਿੰਗ ਜਿਹੜੀ ਹੈ ਬੇਮਿਸਾਲ ਹੈ, ਬਹੁਤ ਹੀ ਖੂਬਸੂਰਤ ਲੱਗਦੇ ਨੇ। ਅਗਰ ਗੱਲ ਕੀਤੀ ਜਾਵੇ ਬੀਨੂ ਢਿੱਲੋਂ ਦੀ, ਤਾਂ ਬੀਨੂ ਢਿੱਲੋਂ ਇਸ ਦੇ ਵਿੱਚ ਬੜੇ ਡਿਫਰੈਂਟ ਕਿਰਦਾਰ ਨੂੰ ਨਿਭਾ ਰਹੇ ਨੇ। ਅਗਰ ਗੱਲ ਕੀਤੀ ਜਾਵੇ ਬੀਐਨ ਸ਼ਰਮਾ ਦੀ, ਤਾਂ ਬੀਐਨ ਸ਼ਰਮਾ ਦੀ ਐਕਟਿੰਗ ਜਿਹੜੀ ਹੈ ਉਹ ਵੀ ਬਹੁਤ ਹੀ ਖੂਬਸੂਰਤ ਹੈ। ਅਗਰ ਓਵਰਆਲ ਕੰਸੈਪਟ ਦੀ ਗੱਲ ਕੀਤੀ ਜਾਵੇ, ਜਾਂ ਜਸਵਿੰਦਰ ਭੱਲਾ ਦੀ ਗੱਲ ਕੀਤੀ ਜਾਵੇ, ਪੂਰਾ ਦਾ ਪੂਰਾ ਕੰਸੈਪਟ ਜਿਹੜਾ ਹੈ ਬੜਾ ਹੀ ਰੋਚਕ ਹੈ, ਬੜਾ ਹੀ ਇੰਟਰਸਟਿੰਗ ਹੈ। ਤਾਂ ਸਿਨੇਮੇ ਘਰਾਂ ਦੀਆਂ ਜਿਹੜੀਆਂ ਟਿਕਟਾਂ ਆ ਥੜ ਥੜ ਵਿਕ ਰਹੀਆਂ ਹੈ। ਜੀ ਹਾਂ, ਮਰ ਗਏ ਹੋਏ ਲੋਕੋ ਜਿਹੜੀ ਹੈ ਸੁਪਰ ਡੁਪਰ ਹਿੱਟ ਹੈ। ਤੁਹਾਡੀ ਗਰਲਫ੍ਰੈਂਡ ਭੂਤੀਆ ਹੈ ਸਾਲੇ, ਕੀ ਬਕਵਾਸ ਕਰ ਰਿਹਾ? ਕਿਉਂ ਹਰ ਸਾਲ ਤੁਹਾਡੀ ਸਾਲੀ ਇੱਕ ਗਰਲਫ੍ਰੈਂਡ ਪੂਜਾ ਕੇ ਟਾਈਮ ਹੀ ਆਤੀ ਔਰ ਬਸ ਗਾਇਬ ਹੋ ਜਾਤੀ ਹੈ? ਅਗਲੇ 4 ਰਾਤ ਵੋ ਸ਼ਿਕਾਰ ਪੇ ਆਨੇ ਵਾਲੀ ਹੈ।
ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਫੋਕਸ ਪੰਜਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਦੋਸਤੋ ਇਸ ਸਿਨੇਮਾ ਘਰਾਂ ਦੇ ਵਿੱਚ ਇਸ ਵਾਰ 3 ਫਿਲਮਾਂ ਲੱਗੀਆਂ ਜਮਲਾ ਪਗਲਾ ਦੀਵਾਨਾ ਮਰ ਗਿਆ ਲੋਕੋ ਤੇ ਇਸਤਰੀ ਆਓ ਗੱਲਬਾਤ ਕਰਦੇ ਹਾਂ ਕਿ ਇਸਤਰੀ ਪਿਕਚਰ ਜਿਹੜੀਆਂ ਹੈਗੀਆਂ ਲੜਕੀਆਂ ਨੂੰ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਗੱਲ ਕੀਤੀ ਜਾਵੇ ਇਸਤਰੀ ਪਿਕਚਰ ਦੀ ਤਾਂ ਆਪ ਜੀ ਨੂੰ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਪਿਕਚਰ ਹੈ ਜੀ ਇਹ ਸ਼ਰਧਕ ਕਪੂਰ ਦੀ ਬਹੁਤ ਵਧੀਆ ਐਕਟਿੰਗ ਹੈ ਇਹਦੇ ਵਿੱਚ ਮਤਲਬ ਮੇਲਸ ਵਾਸਤੇ ਦੱਸਿਆ ਗਿਆ ਹੈ ਕਿ ਇੱਕ ਇਸਤਰੀ ਮਤਲਬ ਮੇਲਸ ਨਾਲ ਕਿੱਦਾਂ ਰਿਲੇਸ਼ਨ ਬਣਾਉਂਦੀ ਆ ਅਗਰ ਗੱਲ ਕੀਤੀ ਜਾਵੇ ਪੂਰੇ ਕਨਸੈਪਟ ਦੀ ਤਾਂ ਕਨਸੈਪਟ ਦੇ ਵਿੱਚ ਸਭ ਤੋਂ ਜਿਹੜਾ ਇੰਟਰਸਟਿੰਗ ਜਿਹੜਾ ਪਾਰਟ ਸੀ ਕਿਹੜਾ ਸੀ ਇਹਦੇ ਵਿੱਚ ਮਤਲਬ ਕਿ 4 ਡੇਜ਼ ਵਿੱਚ ਮੂਵੀ ਪਾਰਟੀਸ਼ਨ ਆ ਫਸਟ ਡੇ ਵਿੱਚ ਮਤਲਬ ਕਿ ਜਿਹੜਾ ਮਤਲਬ ਪੂਜਾ ਪਾਠ ਹੁੰਦਾ ਵਾ ਅਤੇ ਸੈਕਿੰਡ ਡੇ ਵਿੱਚ ਮਤਲਬ ਸਤਰੀ ਲੈ ਕੇ ਜਾਂਦੀ ਹੈ ਮਰਦਾਂ ਨੂੰ ਅਤੇ ਚੌਥੇ ਪਾਰਟ ਵਿੱਚ ਸਤਰੀ ਨੂੰ ਮਾਰਿਆ ਜਾਂਦਾ ਵਾ ਅਗਰ ਗੱਲ ਕੀਤੀ ਜਾਵੇ ਰੇਟਿੰਗ ਦੀ ਤਾਂ 5 ਚੋਂ ਕਿੰਨੇ ਸਟਾਰ ਮੈਂ 4 ਸਟਾਰ ਦਿੰਦੀ ਹਾਂ ਬਿਕੋਜ਼ ਇਹ ਬਹੁਤ ਵਧੀਆ ਮੂਵੀ ਆ ਪਰ ਮੈਨੇ ਤਾਂ ਸੁਣਿਆ ਵਾਂ ਕਿ ਆਬ ਹਵਾ ਬੜੀ ਅੱਛੀ ਹੈ ਅਬੇ ਉੱਲੂ ਆਬ ਹਵਾ ਅੱਛੀ ਹੈ ਲੇਕਿਨ ਕਲਾਈਮੇਟ ਬਹੁਤ ਡਰਾਈ ਹੈ ਸੋ ਦੋਸਤੋ ਜਮਲਾ ਪਗਲਾ ਦੀਵਾਨਾ ਫਿਰ ਸੇ ਕਾ ਜੋ ਸ਼ੋ ਹੈ ਖਤਮ ਹੋ ਚੁਕਾ ਹੈ ਇਹ ਦਰਸ਼ਕੋਂ ਕੀ ਰਾਏ ਲੈਤੇ ਹੈ ਔਰ ਜਾਣਤੇ ਹੈ ਕਿ ਦਰਸ਼ਕੋਂ ਕੋ ਇਹ ਮੂਵੀ ਕੈਸੀ ਲਗੀ ਕੈਸੀ ਲਗੀ ਆਪਕੋ ਬਹੁਤ ਅੱਛੀ ਮੂਵੀ ਤੇ ਸਨੀ ਦਿਓਲ ਕਾ ਅਗਰ ਬਾਤ ਕਰੇ ਕਨਸੈਪਟ ਦੀ ਤੋ ਕਨਸੈਪਟ ਕਿਸ ਤਰ੍ਹਾਂ ਦਾ ਲਗਾ ਸੀ ਬਹੁਤ ਅੱਛਾ ਕਨਸੈਪਟ ਥਾ ਇਸਕਾ ਅਗਰ ਓਵਰ ਰੇਟਿੰਗ ਕੀ ਬਾਤ ਕਰੇ 5 ਮੇ ਸੇ ਕਿਤਨੇ ਦੇ 5 ਮੇ ਸੇ 4 ਦੇ ਦੇਂਗੇ 4 ਸਟਾਰ 4 ਸਰ ਬਹੁਤ ਬਹੁਤ ਬੈਸਟ ਮੂਵੀ ਸਰ ਬਹੁਤ ਆਲ ਦੀ ਬਹੁਤ ਵਧੀਆ ਮੂਵੀ ਸਭ ਨੂੰ ਦੇਖਣੀ ਚਾਹੀਦੀ ਹੈ ਬਸ ਆਪ ਲੋਗੋ ਕੋ ਗੁਜਰਾ ਜੀ ਹੋਨੇਗਾ ਨਾਟਕ ਕਰਨਾ ਹੋਗਾ ਦੋਸਤੋ ਰੋਜ਼ਾਨਾ ਦੀ ਤਰ੍ਹਾਂ ਨਵੀਆਂ ਘਟਨਾਵਾਂ ਅਤੇ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਹਮੇਸ਼ਾ ਫੋਕਸ ਪੰਜਾਬੀ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਰਹਾਂਗੇ ਹਮੇਸ਼ਾ ਤੁਹਾਡੇ ਨਾਲ ਕੋਕੋ 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 ਕ